ਮੈਂ ਤੁਹਾਡੇ ਸਬੰਧ ਵਿੱਚ ਬੋਲ ਰਿਹਾ ਹਾਂ ਤਾਂ ਕਿ ਤੁਸੀਂ ਜਿੱਥੇ ਹੋ ਉੱਥੋਂ ਯਾਤਰਾ ਸ਼ੁਰੂ ਹੋ ਸਕੇ ਮੈਨੂੰ ਫਿਕਰ ਨਹੀਂ ਹੈ ਕਿ ਪਰਮਾਤਮਾ ਨੇ ਸੰਸਾਰ ਬਣਾਇਆ ਕਿ ਨਹੀਂ ਬਣਾਇਆ ਕਿ ਕਿਸ ਤਾਰੀਖ ਨੂੰ ਬਣਾਇਆ ਕਿਸ ਦਿਨ ਬਣਾਇਆ ਕਿ ਹਿੰਦੂਆਂ ਦੇ ਢੰਗ ਨਾਲ ਬਣਾਇਆ ਕਿ ਮੁਸਲਮਾਨਾਂ ਦੇ ਢੰਗ ਨਾਲ ਬਣਾਇਆ ਇਹ ਸਭ ਬਕਵਾਸ ਹੈ ਇਸ 'ਚ ਕੋਈ ਅਰਥ ਨਹੀਂ ਹੈ ਮੈਂ ਕੋਈ ਪਾਗਲ ਨਹੀਂ ਹਾਂ ਮੇਰੀ ਦ੍ਰਿਸ਼ਟੀ 'ਚ ਸਾਰੇ ਦਾਰਸ਼ਨਿਕ ਪਾਗਲ ਹਨ ਉਹ ਜੋ ਬੋਲ ਰਹੇ ਹਨ ਉਹਦਾ ਕੋਈ ਮੁੱਲ ਨਹੀਂ ਹੈ ਕੋਈ ਅਰਥ ਨਹੀਂ ਹੈ ਤੁਸੀਂ ਦੁਖੀ ਹੋ ਇਹ ਸੱਤਿਅ ਹੈ ਤੁਸੀਂ ਹਿੰਦੂ ਹੋ ਤਾਂ ਦੁਖੀ ਹੋ ਮੁਸਲਮਾਨ ਹੋ ਤਾਂ ਦੁਖੀ ਹੋ ਤੁਸੀਂ ਮੰਨਦੇ ਹੋ ਕਿ ਈਸ਼ਵਰ ਨੇ ਸੰਸਾਰ ਬਣਾਇਆ ਤਾਂ ਦੁਖੀ ਹੋ ਤੁਸੀਂ ਮੰਨਦੇ ਹੋ ਕਿ ਈਸ਼ਵਰ ਨੇ ਸੰਸਾਰ ਨਹੀਂ ਬਣਾਇਆ ਈਸ਼ਵਰ ਹੈ ਹੀ ਨਹੀਂ ਤਾਂ ਵੀ ਦੁਖੀ ਹੋ ਤੁਹਾਡੇ ਦੁੱਖ ਨੂੰ ਮਿਟਾਉਣਾ ਹੈ ਤੇ ਮੇਰੇ ਅਨੁਭਵ ਅਜਿਆ ਹੈ ਕਿ ਜਦ ਤੁਹਾਡਾ ਦੁੱਖ ਮਿਟ ਜਾਏਗਾ ਤਾਂ ਜੋ ਬਾਕੀ ਰਹਿ ਜਾਂਦਾ ਹੈ ਉਹੀ ਪਰਮਾਤਮਾ ਹੈ ਪਰਮਾਤਮਾ ਕੋਈ ਧਾਰਨਾ ਨਹੀਂ ਹੈ ਧਾਰਨਾ ਸੋਨੇ ਚਿੱਤ ਦਾ ਅਨੁਭਵ ਹੈ ਪਰਮਾਤਮਾ ਕੋਈ ਸਿਧਾਂਤ ਨਹੀਂ ਹੈ ਕਿ ਜਿਹਨੂੰ ਸਿੱਧ ਕਰਨਾ ਹੈ ਪਰਮਾਤਮਾ ਇੱਕ ਪ੍ਰਤੀਤੀ ਹੈ ਆਨੰਦ ਦੀ ਪਰਮ ਆਨੰਦ ਦੀ ਉਹ ਭਾਵ ਦੀ ਇੱਕ ਤਾਂ ਵਿਅਕਤੀ ਵਿਅਕਤੀ ਨਾਲ ਕੀ ਲੈਣਾ ਦੇਣਾ ਸਾਰੇ ਵਿਅਕਤੀਆਂ ਦੇ ਅੰਦਰ ਜੋ ਇੱਕੋ ਜਿਹਾ ਹੈ ਉਸੇ ਦੇ ਸਬੰਧ ਵਿੱਚ ਬੋਲ ਰਹੀਆਂ ਹੋਰ ਕੋਸ਼ਿਸ਼ ਤੁਹਾਨੂੰ ਆਕਾਸ਼ ਦੇ ਸਿਧਾਂਤ ਸਮਝਾਉਣ ਦੀ ਨਹੀਂ ਹੈ ਧਰਤੀ ਉੱਤੇ ਜਿੱਥੇ ਤੁਸੀਂ ਖਲੋਤੇ ਹੋ ਜਿੱਥੋਂ ਤੁਹਾਡੀ ਯਾਤਰਾ ਸ਼ੁਰੂ ਹੋਏਗੀ ਉਸੇ ਸਬੰਧ ਵਿੱਚ ਬੋਲ ਰਹੀਆਂ ਧੰਨਵਾਦ